ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਲਵ ਮੈਰਿਜ ਸ਼ੁਰੂ ਹੋਈ, ਠੀਕ ਆ, ਇੱਕ ਸਾਲ ਦੇ ਵਿੱਚ ਆਪਣਾ ਲਵ ਸਟੋਰੀ ਚੱਲ ਚੱਲੀ। ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਆਪਣੇ ਪੰਜਾਬੀ ਵਿਰਸੇ ਨੂੰ ਲੈ ਕੇ ਗ੍ਰਹਿਣ ਕਰਨਾ ਚਾਹੁੰਦਾ ਹੋਰ। ਵਿਆਹ ਤਾਂ ਤੁਸੀਂ ਬਹੁਤ ਦੇਖੇ ਹੋਣਗੇ, ਪਰ ਅਜਿਹਾ ਵਿਆਹ ਤੁਸੀਂ ਕਦੇ ਨਹੀਂ ਵੇਖਿਆ ਹੋਣਾ। ਅੰਮ੍ਰਿਤਸਰ ਦੇ ਇਲਾਕੇ ਵਿੱਚ ਅਨੋਖਾ ਵਿਆਹ ਉਦੋਂ ਵੇਖਣ ਨੂੰ ਮਿਲਿਆ ਜਦੋਂ ਪੰਜਾਬੀ ਗੱਭਰੂ ਨੇ ਸਪੇਨ ਦੀ ਕੁੜੀ ਨਾਲ ਪੰਜਾਬ ਦੇ ਪੁਰਾਣੇ ਰੀਤੀ ਰਿਵਾਜ਼ਾਂ ਨਾਲ ਵਿਆਹ ਕੀਤਾ। ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਇਲਾਕੇ ਦੇ ਰਹਿਣ ਵਾਲੇ ਰਣਜੀਤ ਸਿੰਘ ਨੂੰ ਸਪੇਨ ਦੀ ਕੁੜੀ ਨਾਲ ਉਦੋਂ ਪਿਆਰ ਹੋਇਆ ਜਦੋਂ ਕੁੜੀ ਸਪੇਨ ਤੋਂ ਅੰਮ੍ਰਿਤਸਰ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਆਪਣੇ ਦੋਸਤਾਂ ਨਾਲ ਆਈ ਸੀ, ਜਿਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨੂੰ ਦੇਖਿਆ ਅਤੇ ਆਪਣਾ ਦਿਲ ਦੇ ਬੈਠੇ। ਇਹੀ ਨਹੀਂ, ਇਸ ਤੋਂ ਬਾਅਦ ਦੋਹਾਂ ਨੇ ਇੱਕ ਦੂਜੇ ਨਾਲ ਆਪਣੇ ਨੰਬਰ ਵੀ ਐਕਸਚੇਂਜ ਕੀਤੇ ਅਤੇ ਦੋਹਾਂ ਦਾ ਇਸ਼ਕ ਪਰਵਾਨ ਵੀ ਚੜ੍ਹਿਆ, ਜਿਸ ਤੋਂ ਬਾਅਦ ਦੋਹਾਂ ਨੇ ਵਿਆਹ ਵੀ ਕਰਵਾ ਲਿਆ। ਦਰਅਸਲ ਸਪੇਨ ਦੀ ਗੋਰੀ ਨੂੰ ਪੰਜਾਬੀ ਸੱਭਿਆਚਾਰ ਨਾਲ ਬਹੁਤ ਪਿਆਰ ਹੈ ਅਤੇ ਉਸਨੇ ਪੰਜਾਬੀ ਜ਼ੁਬਾਨ ਵੀ ਸਿੱਖੀ ਹੋਈ ਹੈ। ਸਤਿ ਸ਼੍ਰੀ ਅਕਾਲ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸਿਰਫ ਬਹੁਤ ਖੁਸ਼ ਹਾਂ, ਮੇਰਾ ਅਜੇ ਹੋਇਆ ਕਰੋਨਾ ਅਤੇ ਮੇਰਾ ਨਾਮ ਸਾਂਦਰਾ ਸਰਦਾਨੀ ਹੈ। ਕਿੱਥੋਂ ਗਏ ਤੁਸੀਂ? ਸਪੇਨ। ਕਿੰਨੀ ਖੁਸ਼ੀ ਹੋ ਰਹੀ ਪੰਜਾਬੀ ਲਿਬਾਸ ਦੇ ਵਿੱਚ ਵਿਆਹ ਕਰਾ ਕੇ? How you feel when you are in a Punjabi dress? Like in home. Okay. Good. To aan le samay ch ki kori fateh bula ke dikha deo sangat nu dawa hai. Waheguru ji ka khalsa, waheguru ji ki fateh. ਹੁਣ ਉਹ ਸਪੇਨ ਤੋਂ ਭਾਰਤ ਵਿੱਚ ਵਿਆਹ ਕਰਵਾਉਣ ਵਾਸਤੇ ਇਕੱਲੀ ਆਈ ਅਤੇ ਉਹ ਪੰਜਾਬੀ ਵਿੱਚ ਵੀ ਗੱਲ ਕਰਦੀ ਹੈ। ਅੰਮ੍ਰਿਤਸਰ ਦੇ ਗੁਰੂ ਕੀ ਵਡਾਲੀ ਦੇ ਗੁਰਦੁਆਰੇ ਬਾਬਾ ਜੀਵਨ ਸਿੰਘ ਵਿਖੇ ਉਹਨਾਂ ਨੇ ਆਪਣੇ ਆਨੰਦ ਕਾਰਜ ਵੀ ਕੀਤੇ ਅਤੇ ਹੁਣ ਉਹ ਆਪਣੇ ਆਪ ਨੂੰ ਸਰਦਾਰਨੀ ਵੀ ਅਖਵਾਉਂਦੀ ਹੈ। ਇਸ ਵਿੱਚ ਉਹਨਾਂ ਦਾ ਆਖਣਾ ਹੈ ਕਿ ਉਹ ਬਹੁਤ ਖੁਸ਼ ਨੇ ਕਿ ਉਹਨਾਂ ਨੇ ਪੰਜਾਬੀ ਰੀਤੀ ਰਿਵਾਜ਼ਾਂ ਦੇ ਨਾਲ ਆਨੰਦ ਕਾਰਜ ਕੀਤੇ। ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ। ਲਵ ਮੈਰਿਜ ਸ਼ੁਰੂ ਹੋਈ, ਠੀਕ ਆ, ਇੱਕ ਸਾਲ ਦੇ ਵਿੱਚ ਆਪਣਾ ਲਵ ਸਟੋਰੀ ਚੱਲ ਚੱਲੀ, ਠੀਕ ਹੈ ਜੀ। ਕਿੰਨੇ ਖੁਸ਼ੀ ਹੋ ਰਹੀ ਕਿ ਪੰਜਾਬੀ ਰੀਤੀ ਰਿਵਾਜ਼ਾਂ? ਹਾਂਜੀ, ਬਹੁਤ ਬਹੁਤ ਖੁਸ਼ੀ ਹੋਈ ਮੈਨੂੰ ਆਪਣੀ ਮੇਰੀ ਨਗਰੀ ਵਿੱਚ ਸਭ ਕੁਛ, ਮੇਰੇ ਘਰ ਵਿਆਹ ਹੋਏ ਬਾਬਾ ਤਾਰਾ ਸਿੰਘ ਜੀ ਦੇ ਸੁਸਾਇਟੀ ਦੇ ਸਾਈਡ ਵਿੱਚ ਸਾਰਾ ਕੁਛ। ਮੈਨੂੰ ਬਹੁਤ ਖੁਸ਼ੀ ਆ ਕਿ ਮੈਂ ਆਪਣੇ ਪੰਜਾਬੀ ਵਿਰਸੇ ਨੂੰ ਲੈ ਕੇ ਗ੍ਰਹਿਣ ਕਰਨਾ ਚਾਹੁੰਦਾ ਹੋਰ। ਅਕਸਰ ਪੰਜਾਬੀ ਵਿਰਸੇ ਤੋਂ ਲੋਕ ਬੇਮੁੱਖ ਹੋਏ, ਪਰ ਤੁਸੀਂ ਪੰਜਾਬੀ ਵਿਰਸੇ ਨਾਲ ਜੁੜੇ ਹੋ, ਇੱਕ ਵੱਖਰੀ ਪਹਿਚਾਣ ਦੱਸੀ ਉਹਦੇ ਬਾਰੇ ਕੀ ਕਹੋਗੇ? ਮੈਂ ਕਹਿੰਦਾ ਵੀ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਪੰਜਾਬੀ ਰਿਸਪੈਕਟ ਕਰੋ, ਜੋ ਕਿ ਜਿਹੜੀ ਚਾਹੀਦੀ ਆ। ਜੇ ਆਪਾਂ ਉਹਨੂੰ ਭੁੱਲ ਗਏ ਤਾਂ ਸਮਝੋ ਸਭ ਕੁਛ ਭੁੱਲ ਗਏ, ਠੀਕ ਹੈ ਜੀ। ਪਹਿਲਾਂ ਸਭ ਤੋਂ ਪਹਿਲਾਂ ਆਪਣੇ ਮਾਂ ਪਿਓ ਨੂੰ ਜੋ ਇੰਨਾ ਹੀ ਆਪਣਾ ਪੰਜਾਬੀ, ਕਿਉਂਕਿ ਉਹਨਾਂ ਦੀ ਗਾਲਾਂ ਸਭ ਕੁਛ ਹੀ ਸਭ ਤੋਂ ਵੱਡਾ ਚੀਜ਼ ਹੁੰਦੀ ਹੈ, ਕਿਉਂਕਿ ਉਹਨਾਂ ਦੀ ਗਾਲਾਂ 'ਚ ਸਾਰਾ ਕੁਛ ਹੁੰਦਾ, ਠੀਕ ਹੈ ਜੀ। ਮਹਾਰਾਜ, ਸਾਨੂੰ ਤਾਂ ਬੜੀ ਖੁਸ਼ੀ ਵਾਲੀ ਗੱਲ ਆ ਕਿ ਸਾਡਾ ਕਾਕਾ ਸੀ ਅਤੇ ਐਵੇਂ ਘੁੰਮਦਾ ਘੁੰਮਦਾ ਸੀ, ਫਿਰ ਉਹ ਲੜਕੀ ਨਾਲ ਜਿਹੜਾ ਪਿਆਰ ਹੋਣ ਕਰਕੇ ਤਾਂ ਚਲੋ ਅੱਛਾ ਹੋ ਗਿਆ। ਮਹਾਰਾਜਾ ਜੀ, ਤੁਹਾਨੂੰ ਬੜੀ ਖੁਸ਼ੀ ਵਾਲੀ ਗੱਲ ਹੈ। ਹਾਂਜੀ, ਇਹਦੇ ਹੋਰ ਵੱਧ ਕੀ ਗੱਲ? ਹਾਂਜੀ, ਬਸ ਇੰਨਾ ਬੜਾ ਮਹਾਰਾਜ, ਠੀਕ ਹੈ, ਬੜੀ ਖੁਸ਼ੀ ਵਾਲੀ ਗੱਲ ਆ। ਹਾਂਜੀ, ਵਿਦੇਸ਼ੀ ਆਈ ਕਿੱਦਾਂ ਦਾ ਲੱਗ ਰਿਹਾ? ਬਹੁਤ ਸੋਹਣਾ ਮਹਾਰਾਜ ਲੱਗ ਰਿਹਾ ਕਿ ਕੀ ਚਾਮਲਾ ਕਰੋਗੇ? ਮਹਾਰਾਜ ਚਾਮਲਾ ਔਰ ਕਦੇ ਕੋਈ ਜੋਤੀਆਂ ਪੁੱਤਰ ਚਾਮਲਾ ਆਏ ਹੋਏ ਹੁੰਦੇ ਹੁੰਦੇ, ਹੋਰ ਕੀ ਹੁੰਦਾ। ਹਾਂਜੀ।